ਅੱਜ ਹੰਕਾਰੀ ਬੰਦੇ ਬੜੇ ਨੇ, ਇਹਨਾਂ ਬਾਬਿਆਂ ਨੇ ਪਟਕਾ ਕੇ ਆਪਣੀ ਅੱਜ ਵੀ ਗੁਰਦੁਆਰਿਆਂ ਨੂੰ ਤਾਂ ਸੋਨਾ ਲਾਉਣ ਲੱਗ ਪਏ, ਗੁਰਦੁਆਰਿਆਂ ਨੂੰ ਸੋਨੇ ਲਾ ਰਹੇ ਨੇ ਤੇ ਤੁਸੀਂ ਨਿਵਾਰੇ ਹੋ। 101 ਅਖੰਡ ਪਾਠ ਰੱਖ ਕੇ ਉਹਨਾਂ ਦੀਆਂ ਧੱਜੀਆਂ ਉਡਾ ਰਹੇ ਹੋ, ਗੁਰਮਤ ਦੀਆਂ ਰੱਜ ਕੇ ਪੈਸਾ ਬਰਬਾਦ ਕਰ ਰਹੇ ਹੋ। ਜਿਹੜੇ 30,000 ਰੁਪਏ ਪਿੱਛੇ ਖੁਦਕਸ਼ੀਆਂ ਕਰਨੇ, ਅਸੀਂ ਉਹਨਾਂ ਦੇ ਘਰ ਲਿਜਾ ਕੇ ਕਦੇ ਲੰਗਰ ਨਹੀਂ ਲਾਉਂਦੇ। ਮੈਂ ਬੇਨਤੀ ਕਰਨੀ ਚਾਹੁੰਦਾ, ਜਿਹੜੇ ਅੱਜ ਥਾਂ ਥਾਂ ਤੇ ਅੱਧਾ ਅੱਧਾ ਕਿਲੋਮੀਟਰਾਂ ਤੇ ਲੰਗਰ ਲਾਉਂਦੇ ਹੋ, ਇਹ ਬੰਦ ਕਰੋ। ਆਪਣੇ ਪਿੰਡ ਦੇ ਵਿੱਚ ਦੇਖੋ ਕਿਹੜਾ ਗਰੀਬ ਬੰਦਾ, ਉਹਦੇ ਘਰ 4 ਬੋਰੀਆਂ ਕਣਕ ਦੀਆਂ ਦੇ ਦਿਓ, ਗੁਰੂ ਨਾਨਕ ਖੁਸ਼ ਹੋ ਜਾਏਗਾ। ਪਰ ਅਸੀਂ ਤਾਂ ਕਿਸੇ ਦਾ ਦਰਦ ਨਹੀਂ ਨਾ ਵੰਡਾਉਣਾ, ਅਸੀਂ ਤਾਂ ਦਿਖਾਉਣਾ ਵੀ ਫਲਾਣੇ ਪਿੰਡ ਦੇ ਲੰਗਰ ਲਾਇਆ, ਨਾਲਦਿਆਂ ਨੇ ਲਾਇਆ, ਤੇ ਅਸੀਂ ਕੋ ਪਿੱਛੇ ਰਹਿ ਜਾਈਏ। ਆ ਹੁਣ ਕਿੰਨੀ ਖੰਡ ਹੈ ਜਿਹੜੀ ਰੋਲਣੀ ਆ, ਅੱਗੇ ਜਾ ਕੇ ਦੇਖਿਓ ਜੇ ਛਬੀਲਾਂ ਲਾਉਣੀਆਂ ਨੇ। ਅੱਜ ਬੱਚੇ ਸਾਡੇ ਥਾਂ ਥਾਂ ਤੇ ਵਿਚਾਰੇ ਕਈ ਜਗ੍ਹਾ ਤੇ ਪਾਣੀ ਪੀ ਪੀ ਕੇ ਅੱਜ ਕੈਂਸਰ ਦੇ ਰੋਗੀ ਹੋ ਰਹੇ ਨੇ, ਕਿਉਂਕਿ ਸਾਡੇ ਕੋਲ ਪ੍ਰਬੰਧ ਨਹੀਂ। ਪੈਸੇ ਇਕੱਠੇ ਕਰੋ, ਕਿਸੇ ਸਕੂਲ ਵਿੱਚ ਫਿਲਟਰ ਲਵਾ ਦਿਓ, ਸਾਰੇ ਬੱਚੇ ਉੱਥੋਂ ਪਾਣੀ ਚੰਗਾ ਪੀਣ, ਦੇਖੋ ਗੁਰੂ ਨਾਨਕ ਦੀਆਂ ਖੁਸ਼ੀਆਂ ਤੁਹਾਡੇ ਵਿਹੜੇ ਆਉਂਦੀਆਂ। ਪਰ ਅਸੀਂ ਫਿਲਟਰ ਨਹੀਂ ਲਵਾਉਣਾ, ਅਸੀਂ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਤੇ ਛਬੀਲ ਲਾਉਣੀ ਹੈ। ਉਦਣ ਲੋਕਾਂ ਨੂੰ ਬਿਮਾਰ ਕਰਾਂਗੇ, ਜਿਹਨੂੰ ਨਹੀਂ ਵੀ ਸ਼ੂਗਰ ਹੋਈ ਉਹਨੂੰ ਵੀ ਉਦਣ ਸ਼ੂਗਰ ਕਰਕੇ ਹਟਾਂਗੇ, ਕਿਉਂਕਿ ਤੇਰਾ ਗੁਰਪੁਰਬ ਹੈ। ਲੋਕ ਬਿਮਾਰ ਨਾ ਹੋਣ ਤੇ ਅਸੀਂ ਕਿਵੇਂ ਸੁਖਦੀ ਨਹੀਂ, ਅਸੀਂ ਕਿਵੇਂ ਸੁਖਦੀ ਨਹੀਂ ਸੌ ਸਕਨੇ, ਅਸੀਂ ਤਾਂ ਬਿਮਾਰ ਹੀ ਕਰਨਾ ਇਹਨਾਂ ਲੋਕਾਂ ਨੂੰ। ਕਦੇ ਸਮੇਂ ਦੀ ਲੋੜ ਸੀ, ਦੂਰ ਦੂਰ ਤੱਕ ਲੋਕੀ ਪਾਣੀ ਦਾ ਪ੍ਰਬੰਧ ਨਹੀਂ ਸੀ ਹੁੰਦਾ। ਕਦੇ ਪੜੋ ਉਸ ਵੇਲੇ ਦੇ ਗੀਤ, ਲੋਕ ਇਹਨੂੰ ਪੁੰਨ ਸਮਝਦੇ ਸੀ। ਜੰਗਲ ਦੇ ਵਿੱਚ ਕੂਆ ਦਵਾ ਦੇ, ਉੱਤੇ ਪੁਆ ਦੇ ਢੋਲ, ਸਾਈਆਂ ਨਾਮ ਸਾਈ ਦਾ ਬੋਲ, ਬੰਦਿਆ ਨਾਮ ਸਾਈ ਦਾ ਬੋਲ, ਲੋਕ ਗਾਉਂਦੇ ਸਨ ਵੀ ਖੂਹ ਦਵਾ ਦੇ, ਭਲਾ ਹੋਵੇਗਾ ਤੇਰਾ, ਲੋਕਾਂ ਨੂੰ ਪਾਣੀ ਪੀਣ ਨੂੰ ਮਿਲੇਗਾ। ਪਰ ਅੱਜ ਤੇ ਥਾਂ ਥਾਂ ਤੇ ਪਾਣੀ ਹੈ,